ਸ੍ਰੀਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੁਰਨੂਰ ਸਿੰਘ ਚਹਿਲ ਹੈ ਅਤੇ ਮੈਂ 13 ਸਾਲ ਦਾ ਹਾਂ ਅਤੇ ਮੈਂ ਡਾਕਟਰ KPS ਸਕੂਲ ਵਿੱਚ ਪੜ੍ਹਦਾ ਅਤੇ ਮੈਂ 7th ਕਲਾਸ 'ਚ ਹਾਂ। ਮੇਰਾ ਓਪਰੇਸ਼ਨ ਹਾਰਨੀਆ ਦਾ ਹੋਇਆ ਡਾਕਟਰ ਅਮਿਤ ਸੂਦ ਤੋਂ, ਅਤੇ ਪਹਿਲਾਂ ਤਾਂ ਮੈਂ ਡਰ ਗਿਆ, ਫਿਰ ਮੈਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਮੇਰਾ ਓਪਰੇਸ਼ਨ ਹੋ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਬੱਚਾ ਹੈ ਜੀ ਗੁਰਨੂਰ ਸਿੰਘ ਚਹਿਲ, ਇਸ ਦੀ ਉਮਰ 13 ਸਾਲ ਦੀ ਹੈ ਜੀ। ਮੇਰੇ ਬੱਚੇ ਦੇ ਹਾਰਨੀਆ ਸੀਗੀਆਂ ਅਤੇ ਅਸੀਂ ਡਾਕਟਰ ਅਮਿਤ ਸੂਦ ਨੂੰ ਆ ਕੇ ਮਿਲੇ ਤਾਂ ਡਾਕਟਰ ਨੇ ਬੋਲਿਆ ਕਿ ਓਪਰੇਸ਼ਨ ਹੋਊਗਾ, ਦੂਰਬੀਨ ਰਾਹੀਂ ਕਰਾਂਗੇ ਅਸੀਂ ਓਪਰੇਸ਼ਨ। ਅਤੇ ਅਸੀਂ ਬਹੁਤ ਡਰ ਗਏ ਸੀਗੇ ਕਿ ਐਸੇ ਵੀ ਕਿਵੇਂ ਬੱਚੇ ਦਾ ਓਪਰੇਸ਼ਨ ਹੋਊਗਾ, ਤਾਂ ਡਾਕਟਰ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਸ ਤਰ੍ਹਾਂ ਬੱਚੇ ਦਾ ਓਪਰੇਸ਼ਨ ਹੋ ਗਿਆ। ਅਤੇ ਜਦੋਂ ਇਸ ਦਿਨ ਅਸੀਂ ਓਪਰੇਸ਼ਨ ਕਰਵਾਇਆ ਤਾਂ ਬੱਚੇ ਨੂੰ ਇੱਕ ਦਿਨ ਹੀ ਉਹਨਾਂ ਨੇ ਰੱਖਿਆ ਅਤੇ ਸ਼ਾਮ ਨੂੰ ਸਾਨੂੰ ਵਾਪਸ ਘਰ ਭੇਜਤਾ। ਦੋ ਦਿਨ ਬੱਚੇ ਨੇ ਰੈਸਟ ਕੀਤੀ ਔਰ ਤੀਜੇ ਦਿਨ ਬੱਚਾ ਆਪਣੇ ਆਪ ਖੁਦ ਤੁਰਨ ਫਿਰਨ ਲੱਗ ਗਿਆ ਸੀ। ਬਹੁਤ ਅੱਛੀ ਤਰ੍ਹਾਂ ਰਿਕਵਰ ਹੋ ਗਿਆ ਹੈ। ਓਪਰੇਸ਼ਨ ਟਾਂਕਿਆਂ ਦਾ ਵੀ ਪਤਾ ਨਹੀਂ ਲੱਗ ਰਿਹਾ ਕਿ ਟਾਂਕੇ ਲੱਗੇ ਆ ਕਿ ਨਹੀਂ ਲੱਗੇ, ਕੋਈ ਨਿਸ਼ਾਨ ਨਹੀਂ ਹੈਗਾ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਡਾਕਟਰ ਹਰੇਕ ਤਰ੍ਹਾਂ ਦੇ ਓਪਰੇਸ਼ਨ ਕਰਦੇ ਆ। ਅਗਰ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੈ ਤਾਂ ਡਾਕਟਰ ਸਾਹਿਬ ਨੂੰ ਆ ਕੇ ਮਿਲੋ ਅਤੇ ਆਪਣਾ ਇਲਾਜ ਕਰਵਾਓ। ਅਤੇ ਕੋਈ ਚੀਰ ਫਾੜ ਵਾਲਾ ਕੋਈ ਹੈ ਨਹੀਂ, ਨਿਸ਼ਾਨ ਵੀ ਨਹੀਂ ਰਹਿੰਦਾ ਓਪਰੇਸ਼ਨ ਦਾ, ਔਰ ਹੱਥ ਵੀ ਡਾਕਟਰ ਸਾਹਿਬ ਦਾ ਬਹੁਤ ਸਾਫ਼ ਹੈ। ਅਤੇ ਇਹੀ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਆਪਣਾ ਇਲਾਜ ਡਾਕਟਰ ਸਾਹਿਬ ਤੋਂ ਆ ਕੇ ਕਰਵਾਓ। ਧੰਨਵਾਦ।